ਕੋਈ ਵੀਰੇ ਕੈਮਰਾ ਪਿੱਛੇ ਕਰ ਰਿਹਾ ਅਸਲ 'ਚ ਮੇਰੇ ਮਾਤਾ ਬਲਵੀਰ ਕੌਰ ਜੀ ਕੱਲ੍ਹ ਵਾਹਿਗੁਰੂ ਜੀ ਦੇ ਹੁਕਮ ਵਿੱਚ ਅਕਾਲ ਚਲਾਣਾ ਕਰ ਗਏ ਆ। ਉਹ ਭਜਨ ਬੰਦਗੀ ਵਾਲੀ ਰੂਹ ਸਨ। ਕੱਲ੍ਹ ਮੇਰੇ ਘਰੋਂ ਮੇਰੀ ਵਾਈਫ ਘਰ ਸੀ ਇਕੱਲੀ, ਉਹਨਾਂ ਨੇ ਜਾਣ ਤੋਂ ਪਹਿਲਾਂ ਕਿਹਾ ਵੀ ਮੈਂ ਜਾ ਰਹੀ ਹਾਂ, ਆਹ ਆਪਣੀਆਂ ਚਾਬੀਆਂ, ਆਹ ਆਪਣੇ ਕੱਪੜੇ, ਇੰਨੀ ਗੱਲ ਕਹਿ ਕੇ ਜਲ ਦਾ ਘੁੱਟ ਪੀ ਕੇ ਉਹ ਅਕਾਲ ਚਲਾਣਾ ਕਰ ਗਏ। ਅਸੀਂ ਵਾਹਿਗੁਰੂ ਜੀ ਦੇ ਹੁਕਮ ਅਨੁਸਾਰ ਉਹਦਾ ਭਾਣਾ ਹੈ, ਜੋ ਆਇਆ ਉਹਨੇ ਜਾਣਾ ਹੀ ਹੈ। ਅਸੀਂ ਕਿਉਂ ਲੱਗਾ ਹੈ, ਅੱਜ ਮਾਂ ਗਈ ਕੱਲ੍ਹ ਨੂੰ ਅਸੀਂ ਜਾਣੇ ਹਾਂ, ਪਰ ਜਿਹੜਾ ਭੇਜਣ ਵਾਲਾ ਹੈ ਅਤੇ ਬੁਲਾਉਣ ਵਾਲਾ ਨਾ, ਉਹਦਾ ਸ਼ੁਕਰਾਨਾ ਕਰੀਏ। ਅਤੇ ਮੈਂ ਸਮੂਹ ਸੰਗਤ ਦਾ, ਇਸ ਸ਼ਹਿਰ ਦੀ ਸੱਚੀ ਲੋ ਬਾਹਰੋਂ ਸਾਰੀ ਸੰਗਤ ਦਾ ਧੰਨਵਾਦੀ ਹਾਂ। ਮੈਂ ਤਾਂ ਕਿਸੇ ਦੁੱਖ ਸੁੱਖ 'ਚ ਪਹੁੰਚ ਵੀ ਨਹੀਂ ਸਕਦਾ, ਪਰ ਇਹ ਸੰਗਤ ਮੈਨੂੰ ਅਸੀਸਾਂ ਦੇਣ ਆਈ ਹੈ। ਤੁਹਾਡਾ ਪ੍ਰੈਸ ਵਾਲਿਆਂ ਦਾ ਬਹੁਤ ਧੰਨਵਾਦ। ਅਤੇ 13 ਤਰੀਕ ਨੂੰ ਭੋਗ ਹੈ 12 ਤੋਂ 2, ਅਤੇ ਆਪਣਾ ਬੁੱਧਵਾਰ 7 ਤਰੀਕ 7 ਫਰਵਰੀ ਨੂੰ ਮਾਤਾ ਜਾਏਗੀ ਠੱਚ ਗੁਰਦੁਆਰਾ ਗੁਰ ਗਿਆਨ ਪ੍ਰਕਾਸ਼ ਜਵੱਦੀ ਕਲ, ਆਪ ਜੀ ਜ਼ਰੂਰ ਆਇਓ। ਨਹੀਂ ਠੀਕ ਸਨ, ਥੋੜ੍ਹੇ ਬਹੁਤ ਢਿੱਲੇ ਸਨ, ਕੋਈ ਠੀਕ ਸਨ। ਚਲ ਚੰਗਾ ਜੀ, ਵਾਹਿਗੁਰੂ ਖਾਲਸਾ। ਅਸਲ 'ਚ ਮੇਰੇ ਮਾਤਾ ਬਲਵੀਰ ਕੌਰ ਜੀ ਕੱਲ੍ਹ ਵਾਹਿਗੁਰੂ ਜੀ ਦੇ ਹੁਕਮ ਵਿੱਚ ਅਕਾਲ ਚਲਾਣਾ ਕਰ ਗਏ। ਉਹ ਭਜਨ ਬੰਦਗੀ ਵਾਲੀ ਰੂਹ ਸਨ। ਕੱਲ੍ਹ ਮੇਰੇ ਘਰੋਂ ਮੇਰੀ ਵਾਈਫ ਘਰ ਸੀ ਇਕੱਲੀ, ਉਹਨਾਂ ਨੇ ਜਾਣ ਤੋਂ ਪਹਿਲਾਂ ਕਿਹਾ ਵੀ ਮੈਂ ਜਾ ਰਹੀ ਹਾਂ, ਆਹ ਆਪਣੀਆਂ ਚਾਬੀਆਂ, ਆਹ ਆਪਣੇ ਕੱਪੜੇ, ਇੰਨੀ ਗੱਲ ਕਹਿ ਕੇ ਜਲ ਦਾ ਘੁੱਟ ਪੀ ਕੇ ਉਹ ਅਕਾਲ ਚਲਾਣਾ ਕਰ ਗਏ। ਅਸੀਂ ਵਾਹਿਗੁਰੂ ਜੀ ਦੇ ਹੁਕਮ ਅਨੁਸਾਰ ਉਹਦਾ ਭਾਣਾ ਹੈ, ਜੋ ਆਇਆ ਉਹਨੇ ਜਾਣਾ ਹੀ ਹੈ। ਅਸੀਂ ਕਿਉਂ ਲੱਗਾ ਹੈ, ਅੱਜ ਮਾਂ ਗਈ ਕੱਲ੍ਹ ਨੂੰ ਅਸੀਂ ਜਾਣੇ ਹਾਂ, ਪਰ ਜਿਹੜਾ ਭੇਜਣ ਵਾਲਾ ਹੈ ਅਤੇ ਬੁਲਾਉਣ ਵਾਲਾ ਨਾ, ਉਹਦਾ ਸ਼ੁਕਰਾਨਾ ਕਰੀਏ। ਅਤੇ ਮੈਂ ਸਮੂਹ ਸੰਗਤ ਦਾ, ਇਸ ਸ਼ਹਿਰ ਦੀ ਸੱਚੀ ਲੋ ਬਾਹਰੋਂ ਸਾਰੀ ਸੰਗਤ ਦਾ ਧੰਨਵਾਦੀ ਹਾਂ। ਮੈਂ ਤਾਂ ਕਿਸੇ ਦੁੱਖ ਸੁੱਖ 'ਚ ਪਹੁੰਚ ਵੀ ਨਹੀਂ ਸਕਦਾ, ਪਰ ਇਹ ਸੰਗਤ ਮੈਨੂੰ ਅਸੀਸਾਂ ਦੇਣ ਆਈ ਹੈ। ਤੁਹਾਡਾ ਪ੍ਰੈਸ ਵਾਲਿਆਂ ਦਾ ਬਹੁਤ ਧੰਨਵਾਦ। ਅਤੇ 13 ਤਰੀਕ ਨੂੰ ਭੋਗ ਹੈ 12 ਤੋਂ 2, ਅਤੇ ਆਪਣਾ ਬੁੱਧਵਾਰ 7 ਤਰੀਕ 7 ਫਰਵਰੀ ਨੂੰ ਮਾਤਾ ਜਾਏਗੀ ਠੱਚ ਗੁਰਦੁਆਰਾ ਗੁਰ ਗਿਆਨ ਪ੍ਰਕਾਸ਼ ਜਵੱਦੀ ਕਲ, ਆਪ ਜੀ ਜ਼ਰੂਰ ਆਇਓ। ਨਹੀਂ ਠੀਕ ਸਨ, ਥੋੜ੍ਹੇ ਬਹੁਤ ਢਿੱਲੇ ਸਨ, ਕੋਈ ਠੀਕ ਸਨ। ਚਲ ਚੰਗਾ ਜੀ, ਵਾਹਿਗੁਰੂ ਖਾਲਸਾ।